ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਦਾ ਆਗਾਜ਼ ਹੋ ਚੁੱਕਿਆ ਹੈ। ਨੋਮੀਨੇਸ਼ਨ ਫਾਈਲ ਕਰਨ ਦੀਆਂ ਤਰੀਕਾਂ ਵੀ ਐਲਾਨ ਹੋ ਚੁੱਕੀਆਂ ਹਨ। ਜਲਦ ਪੰਜਾਬ ਦੇ ਵਿੱਚ ਪੰਚਾਇਤਾਂ ਚੁਣੀਆਂ ਜਾਣਗੀਆਂ, ਵੋਟਾਂ ਪੈਣਗੀਆਂ, ਕੁਛ ਪੰਚਾਇਤਾਂ ਸਰਬਸੰਮਤੀ ਨਾਲ ਵੀ ਚੁਣੀਆਂ ਜਾਣਗੀਆਂ। ਅੱਜ ਪਿੰਡ ਮੀਆਂਪੁਰ ਦੇ ਵਿੱਚ ਮੌਜੂਦ ਆ ਤੇ ਜਿਹੜੇ ਲੋਕ ਆ ਉਹਨਾਂ ਨਾਲ ਗੱਲਬਾਤ ਕਰਦੇ ਆ, ਕਿਉਂਕਿ ਲੋਕਾਂ ਨੇ ਹੀ ਸਰਪੰਚ ਨੂੰ ਚੁਣਨਾ ਹੈ ਤੇ ਉਸ ਤੋਂ ਬਾਅਦ ਪੰਚ ਚੁਣੇ ਜਾਂਦੇ ਆ। ਪਿੰਡ ਦੇ ਕਿਹੜੇ ਅਹਿਮ ਮੁੱਦੇ ਹੋਣਗੇ ਜਿਨ੍ਹਾਂ ਨੂੰ ਲੈ ਕੇ ਵੋਟਰ ਜਿਹੜੇ ਹੈਗੇ ਆ ਜਾਂ ਪਿੰਡ ਦੇ ਜਿਹੜੇ ਬਸ਼ਿੰਦੇ ਆ ਉਹ ਆਪਣੇ ਇੱਕ ਅਹਿਮ ਬੰਦੇ ਨੂੰ ਚੁਣਨਗੇ ਜੋ ਜਾ ਕੇ ਉਹਨਾਂ ਦੀ ਰਿਪ੍ਰੈਜੈਂਟੇਸ਼ਨ ਕੀਤਾ ਕਰੇਗਾ ਅੱਗੇ ਜਾ ਕੇ। ਕੁਛ ਗੱਲਬਾਤ ਕਰਦੇ ਆ, ਸਰ ਕੀ ਨਾਮ ਹੈ ਜੀ? ਮੇਹਰ ਸਿੰਘ। ਮੇਹਰ ਜੀ, ਕਿੱਦਾਂ ਦੇਖਦੇ ਆ ਤੁਸੀਂ ਪਿੰਡ ਦੀਆਂ ਹੁਣ ਸਰਪੰਚੀ ਨੂੰ ਚੁਣਨਾ ਹੈ, ਪਿੰਡ ਦੇ ਸਭ ਤੋਂ ਮੋਹਤਵਾਰ ਬੰਦੇ ਨੂੰ ਚੁਣਨਾ ਹੈ, ਕਿਹੜੇ ਕਿਹੜੇ ਅਹਿਮ ਮੁੱਦੇ ਹੋਣਗੇ ਪਿੰਡ ਮੀਆਂਪੁਰ ਦੇ? ਮੁੱਦੇ ਤਾਂ ਜੀ ਸਾਰੇ ਮੁੱਦੇ, ਇੱਕ ਤਾਂ ਸਭ ਤੋਂ ਬੜਾ ਪਾਣੀ ਦਾ ਮੁੱਦਾ ਜੀ। ਪਾਣੀ ਸਾਡੇ ਪਿੰਡ ਦਾ ਨਿਕਾਸ ਨਹੀਂ ਪਾਣੀ ਦਾ ਬਿਲਕੁਲ ਜੀ। ਗਲੀਆਂ ਨਾਲੀਆਂ ਬਿਲਕੁਲ ਸਾਫ਼ ਸਫਾਈ ਕੋਈ ਕਰਦਾ ਹੀ ਨਹੀਂ, ਉਸ ਤਰ੍ਹਾਂ ਹੀ ਪਈਆਂ। ਸਿਹਤ ਸਿੱਖਿਆ ਹੋਰ ਬੜੇ ਮਸਲੇ ਆ ਜੀ ਪਿੰਡ ਦਾ। ਜਿਹੜਾ ਪਾਣੀ ਇੱਧਰ ਤੋਂ ਆਉਂਦਾ ਬਾਹਰ ਤੋਂ ਸਾਰਾ ਇਕੱਠਾ ਹੋ ਕੇ ਪਿੰਡ ਦੇ ਵਿੱਚ ਨੂੰ ਜਾਂਦਾ, ਜਾਂ ਓਵਰਫਲੋ ਹੁੰਦਾ ਟੋਭਾ, ਸਾਰਾ ਪਾਣੀ ਪਿੰਡ ਦੇ ਵਿੱਚ ਨੂੰ ਜਾਂਦਾ, ਸਭ ਦੇ ਘਰਾਂ 'ਚ ਵੜਦਾ ਪਾਣੀ, ਬੁਰਾ ਹਾਲ ਹੋ ਜਾਂਦਾ ਬਰਸਾਤ ਦੇ ਦਿਨਾਂ 'ਚ। ਜੇ ਹੋਰ ਬਹੁਤ ਮਸਲੇ ਆ ਵੀ ਇੱਥੇ ਡਿਸਪੈਂਸਰੀ 'ਚ ਕੋਈ ਡਾਕਟਰ ਨਹੀਂ ਹੈ, ਸਕੂਲ 'ਚ ਮਾਸਟਰ ਨਹੀਂ ਹੈਗੇ ਪੂਰੇ। ਕਹਿੰਦੇ ਅਸੀਂ ਸਿੱਖਿਆ ਵਾਸਤੇ ਬਹੁਤ ਕਰਦੇ ਕਰਾਉਂਦੇ, ਕੱਖ ਵੀ ਨਹੀਂ ਹੈ। ਐਸੇ ਗੱਲਾਂ ਗੱਲ ਕੁਛ ਮਰਜ਼ੀ ਇਹਨਾਂ 'ਤੇ ਸੁਣ ਲਓ ਵੀ ਜੋ ਅਸੀਂ ਆਹ ਬਣਾਤਾ ਸੀ ਉਹ ਬਣਾਤਾ। ਕੁਛ ਹੋਰ ਵੀ ਸਾਡੇ ਨਾਲ ਮੌਜੂਦ ਨੇ ਬਜ਼ੁਰਗ। ਸਰ ਤੁਸੀਂ ਕਿੱਦਾਂ ਦੇਖਦੇ ਪਏ ਆ ਜਿਹੜੀਆਂ ਹੁਣ ਚੋਣਾਂ ਹੋਣੀਆਂ ਨੇ, ਕਿਹੜੇ ਕਿਹੜੇ ਅਹਿਮ ਮੁੱਦੇ ਹੋਣਗੇ? ਪਿੰਡਾਂ ਦੇ ਕਈ ਅਹਿਮ ਮੁੱਦੇ ਹੁੰਦੇ, ਲੇਕਿਨ ਹੁੰਦੇ ਛੋਟੇ ਛੋਟੇ ਲੇਕਿਨ ਹੁੰਦੇ ਬੜੇ ਅਹਿਮ ਨੇ। ਕਿਹੜੇ ਮੁੱਦਿਆਂ ਨੂੰ ਲੈ ਕੇ ਤੁਸੀਂ ਸੋਚੋਗੇ ਵੀ ਹਾਂ ਅਸੀਂ ਇਸ ਬੰਦੇ ਨੂੰ ਚੁਣਨਾ ਹੈ? ਔਰ ਦੂਸਰੀ ਗੱਲ, ਕੀ ਸਰਬਸੰਮਤੀ ਨਾਲ ਚੁਣਨ ਦੀ ਉਮੀਦ ਕੀਤੀ ਜਾ ਸਕਦੀ ਹੈ? ਕਿਉਂਕਿ ਜਿਸ ਤਰ੍ਹਾਂ ਗੱਲਬਾਤ 'ਚ ਪਤਾ ਲੱਗਿਆ ਹੈ ਕਿ ਪਿੰਡ ਦਾ ਇਤਿਹਾਸ ਰਿਹਾ ਹੈ ਕਿ ਹਰ ਵਾਰ ਵੋਟਾਂ ਇੱਥੇ ਹੋਈਆਂ ਹੀ ਹੋਈਆਂ ਨੇ। ਮੈਂ ਤਾਂ ਚਾਹੂੰਗਾ ਵੀ ਜਿਹੜੀਆਂ ਚੋਣਾਂ ਹੋ ਰਹੀਆਂ ਪਿੰਡਾਂ ਵਿੱਚ ਸਰਬਸੰਮਤੀ ਨਾਲ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਸਰਪੰਚ ਚੁਣਨਾ ਚਾਹੀਦਾ। ਅਗਰ ਸਰਪੰਚ ਚੁਣਿਆ ਜਾਂਦਾ ਤਾਂ ਉਹਨੂੰ ਬਿਲਕੁਲ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਨਿਰਪੱਖ ਫੈਸਲੇ ਲੈਣੇ ਚਾਹੀਦੇ। ਜਦੋਂ ਕਿ ਪਾਣੀ ਦਾ ਜਿਵੇਂ ਮਸਲਾ ਹੈ, ਕੋਈ ਆਪਣੇ ਘਰ ਮੂਹਰੇ ਨਾਲੀ ਬਣਾ ਲੈਂਦਾ, ਪਾਣੀ ਦੇ ਨਾਲੀ ਦੇ ਉੱਪਰ ਬਣਾ ਲੈਂਦਾ, ਸਲੈਬ ਬਣਾ ਲੈਂਦਾ, ਉਹ ਜਦੋਂ ਉਹਦੇ ਕੋਲ ਜਾਂਦੇ ਹਾਂ ਤਾਂ ਸਿਰਫ ਉਹਦੀ ਪਾਰਟੀ ਦਾ ਹੁੰਦਾ, ਉਹਦੇ ਕਰਕੇ ਹੀ ਇਹ ਮਸਲੇ ਉੱਥੇ ਉਲਝੇ ਹੋਏ ਆ। ਜਦੋਂ ਸਰਪੰਚ ਬਣ ਗਿਆ ਤਾਂ ਉਹਨੂੰ ਚਾਹੀਦਾ ਵੀ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਆਪਣਾ ਜਾਂ ਪਰਾਇਆ ਨਾ ਦੇਖਦੇ ਹੋਏ ਬਿਲਕੁਲ ਸਾਰਿਆਂ ਵਾਸਤੇ ਇੱਕ ਹੋਣਾ ਚਾਹੀਦਾ। ਪਿੰਡ ਦਾ ਨਿਕਾਸ ਤਾਂ ਹੀ ਪਾਣੀ ਦਾ ਨਿਕਲ ਸਕਦਾ ਜਦੋਂ ਸਾਰਿਆਂ ਦੇ ਨਾਲੀਆਂ ਬਿਲਕੁਲ ਹੁਣ ਵੀ ਆਪਣਾ ਨਾ ਦੇਖੇ, ਪਰਾਇਆ ਨਾ ਦੇਖੇ। ਲੇਕਿਨ ਇਸ ਚੀਜ਼ ਨੂੰ ਤੋੜਨ ਦੇ ਲਈ ਹੀ ਇਸ ਵਾਰੀ ਪਹਿਲ ਕੀਤੀ ਗਈ ਕਿ ਜਿਹੜੇ ਸਿੰਬਲ ਆ ਪਾਰਟੀ ਦੇ ਸਿੰਬਲ ਉਹਨਾਂ ਨਾ ਚੋਣ ਲੜੀ ਜਾਵੇ, ਕੀ ਪਤਾ ਕੀ ਫਰਕ ਪੈਣਾ ਚਾਹੀਦਾ ਇਸ ਚੀਜ਼ ਦਾ, ਤੁਹਾਨੂੰ ਕੀ ਲੱਗਦਾ ਸਹੀ ਫੈਸਲਾ ਜਾਂ ਨਹੀਂ ਹੈਗਾ? ਬਿਲਕੁਲ ਬਿਲਕੁਲ ਸਹੀ ਫੈਸਲਾ। ਪਹਿਲਾਂ ਜ਼ਿਆਦਾ ਹੁੰਦਾ ਤਾਂ ਪਾਰਟੀ ਦੇ ਸਿੰਬਲ ਦੇ ਇਲੈਕਸ਼ਨਾਂ ਹੁੰਦੀਆਂ ਸੀ, ਉਹ ਪਾਰਟੀਬਾਜ਼ੀ ਜ਼ਿਆਦਾ ਹੁੰਦੀ ਸੀ। ਇਹ ਮੈਂ ਕਹਿੰਦਾ ਬਹੁਤ ਵਧੀਆ ਫੈਸਲਾ, ਅਸੀਂ ਇਹਦੀ ਸ਼ਲਾਘਾ ਕਰਾਂਗੇ। ਇਹ ਕਹਿੰਦਾ ਬਹੁਤ ਵਧੀਆ ਫੈਸਲਾ, ਹੁਣ ਵੀ ਅਸੀਂ ਚਾਹੁੰਦੇ ਹਾਂ ਬਈ ਸਰਬਸੰਮਤੀ ਨਾਲੇ ਸਰਪੰਚ ਚੁਣਿਆ ਜਾਵੇ ਤਾਂ ਕਿ ਪਿੰਡ ਦਾ ਵਿਕਾਸ ਹੋ ਸਕੇ, ਸਾਰੀਆਂ ਸਾਰੇ ਬੰਦੇ ਸਾਰੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਸਾਰੇ ਉਹਦੇ ਨਾਲ ਲੱਗਣ ਅਤੇ ਚੰਗੇ ਕੰਮ 'ਚ ਉਹਦਾ ਸਾਥ ਦੇਣ। ਪਿੱਛੇ ਪੈਰ ਖਿੱਚਣ ਵਾਲੇ ਬਹੁਤ ਹੁੰਦੇ, ਆ ਨਹੀਂ ਜੀ ਆਹ ਕਰਨਾ, ਆ ਨਹੀਂ ਆਹ ਕਰਨਾ। ਜਿਹੜੇ ਪਿੰਡ ਦੇ ਮੋਹਤਬਰ ਬੰਦੇ ਕਹਿਣ ਜਾਂ ਚੰਗਾ ਲੱਗੇ ਪਿੰਡ ਦੇ ਬਿਹਤਰ ਵਾਸਤੇ, ਉਹ ਕੰਮ ਹੋਣਾ ਚਾਹੀਦਾ। ਕੁਲਵਿੰਦਰ ਜੀ, ਤੁਸੀਂ ਵੀ ਮੌਜੂਦ ਹੋ, ਬਿਲਕੁਲ ਨਾਲ ਦਾ ਪਿੰਡ ਤੁਹਾਡਾ ਇੱਥੇ, ਅਲੱਗ ਅਲੱਗ ਪਿੰਡਾਂ ਦੇ ਅਲੱਗ ਅਲੱਗ ਮਸਲੇ ਹੁੰਦੇ ਨੇ, ਕਿੱਦਾਂ ਤੁਸੀਂ ਦੇਖਦੇ ਪਏ ਹੋ? ਸਭ ਤੋਂ ਪਹਿਲਾਂ ਜਿਹੜਾ ਇਹ ਫੈਸਲਾ ਲਿਆ ਗਿਆ ਹੈ ਕਿ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਹੋਣੀ ਚਾਹੀਦੀ ਆ, ਸੁਭਾਵਿਕ ਜੀ ਗੱਲ ਆ, ਲੋਕਾਂ ਵੱਲੋਂ ਸਵਾਗਤ ਵੀ ਕੀਤਾ ਜਾ ਰਿਹਾ, ਤੁਸੀਂ ਵੀ ਲੋਕਾਂ 'ਚ ਬਹੁਤ ਵਿਚਰਦੇ ਆ, ਤੁਸੀਂ ਕਿੱਦਾਂ ਦੇਖਦੇ ਇਸ ਫੈਸਲਾ? ਨਹੀਂ, ਅਸੀਂ ਤਾਂ ਸਵਾਗਤ ਕਰਦੇ ਹਾਂ, ਪਰ ਜਿੱਥੇ ਤੱਕ ਮੇਰਾ ਖਿਆਲ ਹੈ ਵੀ ਸਰਪੰਚੀ ਕਦੇ ਕਿਸੇ ਪਾਰਟੀ ਦੇ ਚੋਣ ਨਿਸ਼ਾਨ 'ਤੇ ਨਹੀਂ ਲੜੀ ਗਈ ਹੁਣ ਤੱਕ। ਸਰਪੰਚੀ ਆਮ
ਕਿਸੇ ਦਾ ਕੁਛ ਹੁੰਦਾ ਕਿਸੇ ਦਾ ਕੁਛ ਹੁੰਦਾ। ਹਾਂ ਬਲਾਕ ਸੰਮਤੀ ਤੇ ਉੱਪਰ ਵਾਲੀਆਂ ਸੰਮਤੀਆਂ ਇਹ ਚੋਣ ਨਿਸ਼ਾਨ ਤੇ ਲੜੀਆਂ ਜਾਂਦੀਆਂ। ਚਲੋ ਪਰ ਫਿਰ ਵੀ ਮਾਨ ਸਾਹਿਬ ਨੇ ਇਸ ਤੇ ਆਪਣੀ ਵਾਹ ਵਾਹ ਖੱਟੀ, ਅਸੀਂ ਤਾਂ ਸਵਾਗਤ ਕਰਦੇ ਹਾਂ, ਕੋਈ ਗੱਲ ਨਹੀਂ। ਤੇ ਪਰ ਦੂਜੀ ਗੱਲ ਵੀਰ ਨੇ ਗਲੀਆਂ ਨਾਲੀਆਂ ਦੀ ਕੀਤੀ। ਮੈਂ ਪਿਛਲੇ ਸਰਕਾਰਾਂ ਦੀ ਗੱਲ ਕਰੂੰਗਾ, ਮੈਨੂੰ ਲੱਗਦੀ ਵੀ ਦੇਸ਼ ਸਾਡੇ ਨੂੰ ਜਿਹੜੀ ਕਹਿੰਦੇ ਆਜ਼ਾਦੀ ਮਿਲੀ ਹੈ, ਵੈਸੇ ਪੰਜਾਬ ਨੂੰ ਤਾਂ ਕੋਈ ਮੈਨੂੰ ਨਹੀਂ ਲੱਗਦਾ ਆਜ਼ਾਦੀ ਮਿਲੀ ਹੈ, ਕਿਉਂਕਿ ਸਰਕਾਰਾਂ ਨੇ ਇਹਨੂੰ ਕੁੱਟਿਆ ਤੇ ਲੁੱਟਿਆ ਹੀ ਹੈ। ਤੇ ਪਰ ਚਲੋ ਫਿਰ ਵੀ ਮੰਨ ਲੈਂਦੇ ਅਸੀਂ ਵੀ ਆਜ਼ਾਦੀ ਮਿਲੀ ਹੈ, ਤੇ 70 ਸਾਲ ਤੋਂ 75 ਸਾਲ ਤੋਂ ਜੇ ਤੁਸੀਂ ਸਰਕਾਰਾਂ ਪਿਛਲੀਆਂ ਜੇ ਇੱਕ ਪਿੰਡ ਨੂੰ ਚੁਣ ਲੈਂਦੀਆਂ ਵੀ ਸਾਲ ਦੇ ਵਿੱਚ ਅਸੀਂ ਇੱਕ ਪਿੰਡ ਦੇ ਵਿੱਚ ਸੀਵਰੇਜ ਪਾਉਣੀ ਹੈ, ਉਹਦੇ 'ਚ ਪਾਰਕਾਂ ਬਣਾਉਣੀਆਂ ਹੈ, ਉਹਦੇ ਟੋਭੇ ਵਧੀਆ ਬਣਾਉਣੇ ਆ, ਜਿਵੇਂ ਵੀਰ ਨੇ ਕਿਹਾ ਬਾਹਰ ਦਾ ਪਾਣੀ ਆ ਕੇ ਵੜ ਜਾਂਦਾ, ਉਹਦੀ ਅਸੀਂ ਨਿਕਾਸੀ ਵਧੀਆ ਕਰਨੀ, ਤਾਂ ਮੈਨੂੰ ਲੱਗਦਾ ਜੇ ਪੂਰਾ ਹਿਸਾਬ ਲਾਈਏ ਹੁਣ ਤੱਕ ਪੰਜਾਬ ਦੇ ਸਾਰੇ ਪਿੰਡਾਂ ਦੇ ਵਿੱਚ ਸੀਵਰੇਜ ਪੈ ਗਈ ਹੁੰਦੀ। ਪਰ ਸਾਡੀਆਂ ਉਹ ਗਲੀਆਂ ਨਾਲੀਆਂ ਜਿਉਂ ਦੀਆਂ ਤਿਉਂ ਹੈ, ਗਰਾਂਟਾਂ ਆ ਜਾਂਦੀਆਂ, ਕੁਝ ਸਰਪੰਚ ਇੱਧਰ ਉੱਧਰ ਕਰ ਦਿੰਦਾ ਅਤੇ ਕੁਝ ਉੱਪਰ ਤੱਕ ਅਧਿਕਾਰੀ ਬੈਠੇ, ਜਿੱਥੇ ਤੱਕ ਅਸੀਂ ਸੁਣਦੇ ਵੀ MLA ਤੱਕ ਵੀ ਹਿੱਸਾ ਜਾਂਦਾ ਰਿਹਾ ਇਹਨਾਂ ਦਾ। ਪਰ ਜੇ ਹੁਣ ਮਾਨ ਸਾਹਿਬ ਇਹ ਕਹਿੰਦਾ ਕਿ ਮੈਂ ਵਿਕਾਸ ਕਰਨਾ ਹੈ, ਅਤੇ ਆਉਣ ਵਾਲੇ ਸਰਪੰਚਾਂ ਨੂੰ ਸੰਮਤੀ ਜਿਹੜੇ ਪਿੰਡਾਂ 'ਚ ਹੁੰਦੀ ਹੈ ਉਹਨਾਂ ਦੀ ਅਸੀਂ ਬਹੁਤ ਬਹੁਤ ਸ਼ਲਾਘਾ ਕਰਦੇ, ਪਰ ਇਹ ਜਿਹੜੀ ਪਿੰਡਾਂ ਦੀ ਸੰਮਤੀ ਨਾ ਹੋਣਾ ਇਹ ਵੀ ਇੱਕ ਰਾਜਨੀਤਿਕ ਦਾ ਧੁਰਾ ਹੈ, ਕਿਉਂਕਿ ਦੂਜੇ ਸਰਕਾਰ ਨੇ ਕਿਹਾ ਹੁੰਦਾ, ਸੋਰੀ ਪਾਰਟੀ ਨੇ ਕਿਹਾ ਹੁੰਦਾ ਕਿ ਸਾਡਾ ਸਰਪੰਚ ਬਣੇ, ਮੰਨ ਲਓ ਮਾਨ ਸਾਹਿਬ ਨੇ ਕਹਿਣਾ ਵੀ ਸਾਡਾ ਬਣੇ। ਇਹ ਵੀ ਇੱਕ ਕਾਰਨ ਹੈ ਕਿ ਸੰਮਤੀਆਂ ਪਿੰਡਾਂ 'ਚ ਹੋਣ ਤੋਂ ਹਟੀਆਂ ਪਾਰਟੀਬਾਜ਼ੀਆਂ ਕਰਕੇ, ਇਹਨਾਂ ਦੇ ਉੱਪਰਲੀਆਂ ਪਾਰਟੀਆਂ ਪਿੰਡਾਂ ਲੋਕ ਨਹੀਂ ਲੜਦੇ, ਪਰ ਇਹਨਾਂ ਨੇ ਲੀਡਰਾਂ ਨੇ ਸਾਨੂੰ ਪਿੰਡਾਂ 'ਚ ਆ ਕੇ ਲੜਾ ਤਾ। ਜੇ ਮਾਨ ਸਾਹਿਬ ਵਾਕਈ ਹੀ ਪੰਜਾਬ ਦਾ ਦਰਦ ਚਾਹੁੰਦੇ ਆ, ਸਰਪੰਚ ਜਿਵੇਂ ਬਣਜੀ ਬਣੇ, ਇਲੈਕਸ਼ਨ ਹੋ ਕੇ ਬਣੇ, ਸੰਮਤੀ ਨਾਲ ਬਣੇ, ਤਾਂ ਉਹਨਾਂ ਨੂੰ ਇੱਕ ਹਦਾਇਤ ਦੇਣ ਵੀ ਆ ਵੀ ਮੈਂ ਤੁਹਾਨੂੰ 2.5 ਸਾਲ ਦੇ ਵਿੱਚ ਕੁਛ ਨਹੀਂ ਦੇਣਾ, ਕੋਈ ਤੁਹਾਨੂੰ ਗ੍ਰਾਂਟ ਨਹੀਂ ਦੇਣੀ, ਮੈਂ ਆਹ 4 ਪਿੰਡ ਚੁਣੇ ਜਾਂ 5 ਪਿੰਡ ਚੁਣੇ, ਮੈਂ ਇਹ 1 ਸਾਲ ਦੇ ਵਿੱਚ ਇਹ ਪਿੰਡ 'ਚ ਸੀਵਰੇਜ ਪਾਉਣੀ ਹੈ, ਇਹ ਪਿੰਡ ਦੇ ਵਿੱਚ ਮੈਂ ਪਾਰਕਾਂ ਬਣਾਉਣੀਆਂ, ਇਹਨਾਂ ਦੇ ਵਿੱਚ ਗਲੀਆਂ ਨਾਲੀਆਂ ਗਲੀਆਂ ਸਿਮੈਂਟਡ ਬਣਾਉਣੀਆਂ, ਅਤੇ ਉਹ ਮੁੜ ਕੇ ਉੱਥੇ ਉਹ ਪਿੰਡ ਨੂੰ ਪੈਸਾ ਜਾਣਾ ਹੀ ਨਹੀਂ, ਕਿਉਂਕਿ ਹੁਣ 2.5-2.5 ਕਰੋੜ ਆ, ਪਿੱਛੇ ਚੰਨੀ ਸਾਹਿਬ ਬਣੇ ਸੀ, ਉਹਨੇ 2-2 ਕਰੋੜ ਰੁਪਇਆ 1.5-1.5 ਕਰੋੜ ਬਣਤਾ, ਜਾ ਕੇ ਪਿੰਡਾਂ ਦੇਖ ਲਓ ਬੁਰਾ ਹਾਲ ਹੈ, ਜੀ ਉਹੀ ਪਾਣੀ ਖੜਾ ਹੈ, ਛੱਪੜ ਬਣੇ ਪਏ ਹੈ। ਇਸ 'ਤੇ ਸਰਕਾਰਾਂ ਨੂੰ ਜ਼ਰੂਰ ਧਿਆਨ ਦੇਣਾ ਚਾਹੀਦਾ, ਕਿਉਂਕਿ ਸਰਕਾਰਾਂ ਨੇ ਹੀ ਕੰਮ ਕਰਨੇ ਆ, ਆਮ ਲੋਕਾਂ ਨੇ ਨਹੀਂ। ਲੋਕਾਂ ਤਾਂ ਗ੍ਰਾਂਟ ਦੇ ਦਿੱਤੀ, ਸਰਪੰਚ ਨੇ ਆਪਣੇ ਹਿਸਾਬ ਗੱਲ ਪੈਸੇ ਲਾ ਦੇਣੇ, ਪਰ ਜਦੋਂ ਸਰਕਾਰ ਉੱਪਰ ਤੋਂ ਹਦਾਇਤ ਦੇਵੇ, ਜਿਵੇਂ ਸ਼ਹਿਰਾਂ ਦੇ ਵਿੱਚ ਬਣਦਾ ਨਾ, ਤੁਸੀਂ ਕਹਿ ਰਹੇ ਹੋ ਵੀ ਕ੍ਰੋਸ ਚੈਕਿੰਗ ਜ਼ਰੂਰੀ ਹੋਵੇ, ਜਦੋਂ ਹੁਣ ਇਹ ਚੀਜ਼ਾਂ ਇੰਨੀਆਂ ਪੋਜ਼ਿਟਿਵ ਸਟੈਪਸ ਲੈ ਰਹੇ ਆ, ਤਾਂ ਕ੍ਰੋਸ ਚੈਕਿੰਗ ਵੀ ਜ਼ਰੂਰੀ ਹੋਣੀ ਚਾਹੀਦੀ ਇਸ ਚੀਜ਼ ਉੱਤੇ। ਬਿਲਕੁਲ ਜੀ ਬਿਲਕੁਲ, ਉਸਦੇ ਪਹਿਰਾ ਦੇਣਾ ਪਊਗਾ। MLA ਸਾਹਿਬ ਦੀ ਡਿਊਟੀ ਲਾਉਣ, ਸਾਡੇ ਤਾਂ MLA ਸਾਹਿਬ 5 ਸਾਲ ਲੰਘ ਜਾਂਦੇ ਨੇ, ਲੋਕਾਂ ਨੂੰ ਸ਼ਕਲ ਨਹੀਂ ਦਿਖਾਉਂਦੇ, MLA ਸਾਹਿਬ ਨੂੰ ਪਤਾ ਨਹੀਂ ਲੱਗਦਾ ਕਿ ਮੇਰੇ ਪਿੰਡ ਹਲਕੇ ਦੇ ਵਿੱਚ ਕਿੰਨੇ ਪਿੰਡ ਪੈਂਦੇ, ਸਿਰਫ ਜਦੋਂ ਵੋਟਾਂ ਲੈਣੀਆਂ ਉਸ ਟਾਈਮ ਹੀ ਯਾਦ ਹੁੰਦੇ ਆ, ਚਾਹੇ ਜੋ ਮਰਜ਼ੀ ਚੀਕਾਂ ਮਰੀ ਜਾਣ ਕਿ ਮੈਂ ਪਿੰਡ ਜਾਂਦਾ, ਨਹੀਂ ਜਾਂਦੇ। ਇਸ ਕਰਕੇ ਜਦੋਂ ਤੱਕ ਉੱਪਰ ਤੋਂ CM ਸਾਹਿਬ MLA ਨੂੰ ਨਹੀਂ ਖਿੱਚਦੇ, MLA ਸਾਹਿਬ ਹੇਠਾਂ ਅਫਸਰਾਂ ਨੂੰ ਨਹੀਂ ਖਿੱਚਦੇ, ਉਦੋਂ ਤੱਕ ਸਾਡਾ ਪੰਜਾਬ ਦਾ ਮੈਨੂੰ ਨਹੀਂ ਲੱਗਦਾ ਵਿਕਾਸ ਹੋਊਗਾ, ਪਿੰਡਾਂ ਦਾ ਵਿਕਾਸ ਹੋਊਗਾ। ਸੋ ਇਹਨਾਂ ਨੇ ਕਿਹਾ ਇੱਕ ਸਿਸਟਮ ਇਹੋ ਜਿਹਾ ਹੋਣਾ ਚਾਹੀਦਾ ਵੀ ਕ੍ਰੋਸ ਚੈੱਕ ਹੋਣਾ ਚਾਹੀਦਾ, ਸੁਭਾਵਿਕ ਜਿਹਾ ਹੈਗਾ ਵੀ ਆ, ਲੇਕਿਨ ਜੇ ਉਹ 'ਚ ਕੋਈ ਕਮੀ ਪੇਸ਼ੀ ਆ ਤਾਂ ਸਹੀ ਹੋਏਗੀ। ਮੀਆਂਪੁਰ ਪਿੰਡ ਦੀ ਆਬਾਦੀ ਕਿੰਨੀ ਆ ਫਿਲਹਾਲ ਜੇਕਰ ਗੱਲ? ਆਬਾਦੀ ਸਾਡੇ 2000 ਦੇ ਲਗਭਗ ਹੈਗੀ, ਜਿਹੜੀ 4000 ਦੇ ਵੋਟ ਹੈਗੀਆਂ ਨੇ, 2000 ਦੇ ਵਿੱਚ ਹੈਗੀ ਜੀ। ਕੁੱਲ ਆਬਾਦੀ 4000 ਆ, ਜਿਹੜੀ ਵੋਟਿੰਗ ਹੋਣੀ ਆ ਉਹ 2000 ਦੇ ਲਗਭਗ ਹੈਗੀ ਜੀ। ਕਿਹੜੇ ਪਾਣੀ ਦੀ ਨਿਕਾਸੀ ਦਾ ਵੀ ਮੁੱਦਾ ਆ ਗਿਆ ਹੈ, ਸਿਹਤ ਵਾਲਾ ਵੀ ਮੁੱਦਾ ਆ ਗਿਆ ਹੈ, ਹੁਣ ਸਰਬਸੰਮਤੀ ਦੇ ਨਾਲ ਲੱਗਦਾ ਹੈ ਵੀ ਇਸ ਵਾਰੀ ਹੋਏਗਾ, ਕਿਉਂਕਿ ਜਿਸ ਹਿਸਾਬ ਦੇ ਨਾਲ, ਹਾਂਜੀ ਇਹ 100% ਅਸੀਂ ਪੂਰਾ ਜੀ, ਜਿਹੜੇ ਸਰਪੰਚ ਹੈ ਔਰ ਪੰਚ ਹੈ, ਅਸੀਂ 1-2 ਇੰਚ ਮੀਟਿੰਗ ਕਰਕੇ ਨਾ ਆਪਣੇ ਇੱਥੇ ਗੁਰਦੁਆਰਾ ਸਾਹਿਬ 'ਚ, ਅਸੀਂ 100% ਆਪਣੇ ਜਿਹੜੀ ਪੰਚਾਇਤ ਚੁਣਨੀ ਹੈ ਸਰਬਸੰਮਤੀ ਨਾਲ ਚੁਣਨੀ ਹੈ। ਮਤਲਬ ਇਹ ਪਹਿਲੀ ਵਾਰੀ ਹੋਏਗਾ ਇਤਿਹਾਸ ਦੇ ਵਿੱਚ, ਪਿੰਡ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰੀ ਹੋਏਗਾ ਵੀ ਪਹਿਲੀ ਵਾਰ ਚੁਣਿਆ ਜਾਏਗਾ ਜੇ ਚੁਣਿਆ ਗਿਆ? ਇਹ ਪਹਿਲੀ ਵਾਰ ਹੋਈ ਇਸ ਸਾਲ ਦੇ ਵਿੱਚ ਵੀ ਅਸੀਂ ਰਿਕਾਰਡ ਪੈਦਾ ਕਰ ਦੇਣਾ ਵੀ ਅਸੀਂ ਆਪਣੇ ਸਰਬਸੰਮਤੀ ਨਾਲ ਸਰਪੰਚ ਚੁਣਿਆ, ਸਰਬਸੰਮਤੀ ਨਾਲ ਆਪਣੇ ਪੰਚਾਇਤ ਚੁਣੀ ਹੈ, ਆਪਣੇ ਪਾਰਟੀਬਾਜ਼ੀ ਤੋਂ ਉੱਠ ਕੇ ਕੰਮ ਕਰੂਗੇ ਸਾਰੇ। ਸੋ ਫਿਲਹਾਲ ਮੀਆਂਪੁਰ ਪਿੰਡ ਦੇ ਲੋਕਾਂ ਦੀ ਇਹ ਰਾਏ ਸੀਗੀ, ਉਹਨਾਂ ਨੇ ਕਿਹਾ ਕਿ ਉਹ
ਜ਼ਰੂਰ ਕੋਸ਼ਿਸ਼ ਕਰਨਗੇ ਕਿ ਇਸ ਵਾਰ ਸਰਬਸੰਮਤੀ ਦੇ ਨਾਲ ਇੱਥੇ ਸਰਪੰਚ ਨੂੰ ਚੁਣਿਆ ਜਾਵੇ। ਲੇਕਿਨ ਮੁੱਦੇ ਜੇਕਰ ਗੱਲ ਕੀਤੀ ਜਾਵੇ ਤਾਂ ਉਹਨਾਂ ਵੱਲੋਂ ਕਿਹਾ ਗਿਆ ਕਿ ਜਿਹੜੀਆਂ ਗਲੀਆਂ ਨਾਲੀਆਂ ਦੇ ਮੁੱਦੇ ਹਾਲੇ ਵੀ ਇਸ ਜਗ੍ਹਾ ਦੇ ਉੱਤੇ ਮੌਜੂਦ ਨੇ। ਪਾਣੀ ਦੀ ਨਿਕਾਸੀ ਨੂੰ ਲੈ ਕੇ, ਜਿਹੜਾ ਗੰਦਾ ਪਾਣੀ ਹੈ ਉਹਦੀ ਨਿਕਾਸੀ ਨੂੰ ਲੈ ਕੇ ਇੱਕ ਅਹਿਮ ਮੁੱਦਾ ਹੈ ਜਿਹੜਾ ਹੁਣ ਤੱਕ ਜਿਹਦਾ ਹੱਲ ਨਹੀਂ ਹੋਇਆ ਹੈਗਾ, ਉਸਦੇ ਹੱਲ ਦੀ ਮੰਗ ਵੀ ਇਹਨਾਂ ਵੱਲੋਂ ਕੀਤੀ ਜਾ ਰਹੀ ਹੈ। ਅਤੇ ਸਰਕਾਰਾਂ ਵੱਲੋਂ ਜਿਹੜੀਆਂ ਗਰਾਂਟਾਂ ਦਿੱਤੀਆਂ ਜਾਂਦੀਆਂ ਹੈ ਉਹਨਾਂ ਦੇ ਉੱਤੇ ਵੀ ਇੱਕ ਕ੍ਰੋਸ ਚੈੱਕ ਕਰਨ ਦੀ ਗੱਲ ਕਹੀ ਜਾ ਰਹੀ ਹੈ ਕਿ ਉਸ ਚੀਜ਼ ਨੂੰ ਵੀ ਕ੍ਰੋਸ ਚੈੱਕ ਕਰਨ ਦੇ ਲਈ ਕੋਈ ਨਾ ਕੋਈ ਅਧਿਕਾਰੀ ਜ਼ਰੂਰ ਉਸ ਜਗ੍ਹਾ ਦੇ ਉੱਤੇ ਮੌਜੂਦ ਹੋਣ, ਸਮੇਂ ਸਮੇਂ ਤੇ ਆ ਕੇ ਉਸ ਚੀਜ਼ ਦਾ ਨਿਰੀਖਣ ਕੀਤਾ ਜਾਵੇ ਕਿ ਜੇਕਰ ਪੈਸਾ ਆਇਆ ਹੈ, ਜੇਕਰ ਸਰਕਾਰ ਨੇ ਫੰਡ ਦਿੱਤਾ ਹੈ ਤਾਂ ਧਰਾਤਲ ਉੱਤੇ ਕਿੰਨਾ ਲੱਗਿਆ ਹੈ ਤੇ ਕਿੰਨਾ ਨਹੀਂ ਲੱਗਿਆ, ਉਸ ਚੀਜ਼ ਨੂੰ ਇੱਕ ਨਿਯਮ ਅਨੁਸਾਰ ਤੈਅ ਕੀਤਾ ਜਾਵੇ ਕਿ ਉਹ ਵਿਕਾਸ ਦੇ ਲਈ ਜੇਕਰ ਪੈਸਾ ਆਉਂਦਾ ਹੈ ਤਾਂ ਉਹ ਵਿਕਾਸ ਦੇ ਲਈ ਹੀ ਖਰਚਿਆ ਜਾਵੇ। ਨਿਊਜ਼ 18 ਪੰਜਾਬ ਦੇ ਲਈ ਮੈਂ ਮਨਪ੍ਰੀਤ ਚਾਹਲ ਪਿੰਡ ਮੀਆਂਪੁਰ ਤੋਂ।